ਜਿਹੜੇ ਮੁਲਾਜ਼ਮ ਆ ਪਿਛਲੀਆਂ ਸਰਕਾਰਾਂ ਤੋਂ ਤੰਗ ਸੀਗੇ, ਖਾਸ ਕਰ ਕਾਂਗਰਸ ਸਰਕਾਰ ਤੋਂ, ਤਾਂ ਉਹਦਾ ਬਦਲ ਲੈਣ ਲਈ ਜਿਹੜੇ ਮੁਲਾਜ਼ਮਾਂ ਨੇ ਆ 90% ਤੋਂ ਉੱਪਰ ਮੁਲਾਜ਼ਮਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਕੀਤਾ, ਤਾਂ ਉਹਦਾ ਨਤੀਜਾ ਸੀ ਜਿਹੜੀਆਂ 90 ਸੀਟਾਂ ਆਈਆਂ ਸਰਕਾਰ ਨੂੰ। ਬਦਲਾਵ ਦੀ ਸਰਕਾਰ ਅਸੀਂ ਲਿਆਏ ਸੀ, ਪਰ ਇਹ ਬਦਲਾਵ ਦੀ ਸਰਕਾਰ ਜਦ ਹੀ ਆਈ ਹੈ ਇਹਨਾਂ ਨੇ ਸਾਨੂੰ ਕੋਈ ਮੀਟਿੰਗ ਦਾ ਸਮਾਂ ਅੱਜ ਤੱਕ ਪੰਜਾਬ ਸਿਵਲ ਸੈਕਟਰੀ ਜਾਂ ਜੁਆਇੰਟ ਐਕਸ਼ਨ ਕਮੇਟੀ ਨੂੰ ਨਹੀਂ ਦਿੱਤਾ। ਉਹਦੇ ਵਿੱਚ ਜਿਹੜੇ ਮੰਗਾਂ ਦੇ ਵਿੱਚ ਜਿਹੜੇ ਪਿੱਛੇ ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਇੱਕ ਨੋਟੀਫਿਕੇਸ਼ਨ ਦਾ ਦਿਖਾਵਾ ਕੀਤਾ ਸੀਗਾ ਉਹ ਜਾਰੀ ਕੀਤੀ ਸੀ, ਜਦ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਅਸੀਂ ਦੂਜੇ ਦਿਨ ਹੀ ਉਹਦਾ ਵਿਰੋਧ ਕੀਤਾ ਸੀ ਡਾਇਰੈਕਟੋਰੇਟ ਦੀ ਜਥੇਬੰਦੀਆਂ ਨਾਲ ਮਿਲ ਕੇ ਸੈਕਟਰ 17 ਦੇ ਵਿੱਚ ਅਸੀਂ ਫਾੜ ਕੇ ਉਹਨੂੰ ਕੂੜੇ ਦੇ ਉਹਦੇ ਸੁੱਟਿਆ ਸੀਗਾ ਕਿ ਇਹ ਕਿਸੇ ਕੰਮ ਦੀ ਨਹੀਂ ਹੈ, ਤਾਂ ਉਹਦਾ ਉਹੀ ਹੋਇਆ ਜੀ, ਅੱਜ ਤੱਕ ਉਹਦੇ ਨਾਲ ਕਿਸੇ ਨੂੰ ਫਾਇਦਾ ਨਹੀਂ ਮਿਲਿਆ। ਉਹ ਤੋਂ ਬਾਅਦ 'ਚ ਆ ਜੀ ਆਪਾਂ ਸਰਕਾਰ ਨੇ ਦੇਖੋ ਸਾਡੇ ਮੇਰੇ ਸੱਜੇ ਪਾਸੇ ਹਰਿਆਣਾ, ਖੱਬੇ ਪਾਸੇ ਚੰਡੀਗੜ੍ਹ, ਸਾਹਮਣੇ ਦੇਖੀਏ ਹਿਮਾਚਲ, ਪਿੱਛੇ ਰਾਜਸਥਾਨ, ਸਾਡੇ ਜਿਹੜੇ ਪੜੋਸੀ ਰਾਜ ਹੈ ਸਾਰਿਆਂ ਨੇ ਮੁਲਾਜ਼ਮਾਂ ਨੂੰ ਡੀਏ ਦਿੱਤਾ। ਅੱਜ ਸਾਡਾ ਡੀਏ ਪੰਜਾਬ ਸਰਕਾਰ ਦਾ 12% ਡਿੱਗੂਆ, ਅਤੇ ਅੱਜ 1 ਤਰੀਕ ਤੋਂ ਤਕਰੀਬਨ ਸੈਂਟਰ ਦਾ 4% ਹੋਰ ਡਿੱਗੋ ਗਿਆ, 16% ਹੀ ਹੋ ਗਿਆ। ਇਹ ਸਟੇਟਾਂ ਛੱਡੋ, ਬਿਹਾਰ ਸਟੇਟ ਹੈ ਜਿਹੜੀ, ਉਹਦਾ ਵੀ ਡੀਏ ਪੈਂਡਿੰਗ ਨਹੀਂ ਹੋਣਾ, ਪਰ ਪੰਜਾਬ ਸਟੇਟ ਦਾ ਇਹ ਪਹਿਲੀ ਵਾਰ ਹੋਇਆ ਕਿ 12% ਡੀਏ ਸਰਕਾਰ ਨੇ ਮੁਲਾਜ਼ਮਾਂ ਦਾ ਪੈਂਡਿੰਗ ਰੱਖਤਾ। ਇਸ ਤਰ੍ਹਾਂ ਸਰਕਾਰ ਦੀਆਂ ਹੋਰ ਕਈ ਮੰਗਾਂ ਜਿਵੇਂ ਪੇ ਕਮਿਸ਼ਨ ਦਾ ਏਰੀਅਰ ਹੈ, ਡੀਏ ਦਾ ਏਰੀਅਰ ਹੈ, ਜਾਂ ਜਿਹੜੇ ਮੁਲਾਜ਼ਮਾਂ 'ਤੇ ਸਾਡੇ ਪੰਜਾਬ ਦਿਆਂ ਦੇ ਇਹ ਕੇਂਦਰ ਦੇ ਸਕੇਲ ਲਾਗੂ ਕੀਤਾ ਸੀ ਉਹ ਰੱਦ ਕਰਨ ਦਾ ਮਾਮਲਾ ਹੈ। ਉਹ ਤੋਂ ਇਲਾਵਾ ਜਿਹੜਾ 15% ਦਾ ਲਾਭ ਦਿੱਤਾ ਸਾਡੇ ਇੱਥੇ ਕੁਝ ਅਸਿਸਟੈਂਟ ਪ੍ਰਮੋਟ ਹੋਏ ਸੀ ਉਹਨਾਂ ਨੂੰ, ਉਹਨਾਂ ਦਾ ਮੁੱਦਾ, ਤਾਂ ਜਿਹੜੇ 36 ਪ੍ਰਮੋਟ ਹੋਏ ਸੀ ਸੇਵਾਦਾਰ ਤੋਂ ਉਹਨਾਂ ਨੂੰ ਕੋਈ ਲਾਭ ਨਹੀਂ ਹੋਇਆ। ਇਸ ਤਰ੍ਹਾਂ ਕਈ ਮੰਗਾਂ ਡਿਮਾਂਡਾਂ ਸਾਡੀਆਂ, ਸਰਕਾਰ ਸਾਨੂੰ ਕੋਈ ਸਮਾਂ ਨਹੀਂ ਦੇ ਰਹੀ। ਜੇ ਸਰਕਾਰ ਨੇ ਇਹ ਲੋਕ ਸਭਾ ਇਲੈਕਸ਼ਨਾਂ ਦੇਖ ਲਿਆ, ਮੁਲਾਜ਼ਮਾਂ ਨੇ ਸਰਕਾਰ ਨੂੰ ਝੁਕਾਅ ਘੱਟ ਰਿਹਾ, ਜੇ ਸਰਕਾਰ ਚਾਹੁੰਦੀ ਹੈ ਦੁਬਾਰਾ ਰਿਪੀਟ ਹੋਣਾ ਜਾਂ ਸੀਟਾਂ ਪੰਜਾਬ 'ਚ ਜਿੱਤਣੀਆਂ, ਤਾਂ ਮੁਲਾਜ਼ਮ ਮੰਗਾਂ ਇਹਨਾਂ ਨੂੰ ਮੰਨਣੀਆਂ ਪੈਣਗੀਆਂ। ਉਹਦੇ ਵਿਰੋਧ ਦੇ ਵਜੋਂ ਦੇਖੋ ਜਲੰਧਰ ਇਲੈਕਸ਼ਨ ਆ, ਉੱਤੇ ਦੇਖੋ ਪੂਰੀ ਪੰਜਾਬ ਦੀਆਂ ਜਥੇਬੰਦੀਆਂ ਸਰਕਾਰ ਦਾ ਵਿਰੋਧ ਕਰ ਰਹੀਆਂ, ਅਤੇ ਸਰਕਾਰ ਉੱਥੇ ਮੀਟਿੰਗ ਤਾਂ ਕਰ ਰਹੀ ਹੈ, ਮੀਟਿੰਗ ਹਰ ਇੱਕ ਜਥੇਬੰਦੀ ਨਾਲ ਕਰ ਰਹੀ ਹੈ, ਬਟ ਲੱਕੜ ਦਾ ਗੁੱਡਾ ਦੇ ਕੇ ਭੇਜ ਦਿੰਦੀ ਆ ਉਹਨਾਂ ਨੂੰ। ਕੋਈ ਜਦ ਤੱਕ ਸਰਕਾਰ ਅਨਾਊਂਸ ਨਹੀਂ ਕਰੇਗੀ, ਕੋਈ ਬੈਨੀਫਿਟ ਨਹੀਂ ਦੇਗੀ, ਜਦ ਤੱਕ ਇਹਨੂੰ ਸਰਕਾਰ ਨੂੰ ਗੱਲਾਂ ਕਰਨ ਨਾਲ ਕੋਈ ਫਾਇਦਾ ਨਹੀਂ ਹੋਣਾ।